ਵਾਲੇਕੁਮ ਸਲਾਮ, ਘਰ ਕਿਤੇ ਨਿਆਣੇ ਨੇ ਇੱਟਾਂ ਉੱਟਾਂ ਪਾ ਕੇ ਰੱਖੀਆਂ ਸੀ, ਮੈਂ ਕਿਹਾ ਕੀ ਕੱਢਣੀਆਂ, ਮੈਂ ਫੇਰੀ ਵਾਲੇ ਨੂੰ ਇੱਟਾਂ ਵੇਚਤੀਆਂ, ਫੇਰੀ ਵਾਲੇ ਲੋਹੇ ਦੇ ਵਿੱਚ ਕੱਢ ਦਿਆ, ਫੇਰੀ ਵਾਲਾ ਯਾਰ ਹੀ ਸੀ ਮੇਰਾ, ਦੋ ਤਿੰਨ ਵਾਰੀ ਮੇਰੇ ਨਾਲ ਕੇ ਬੇਈਮਾਨੀ ਕਰਕੇ ਗਿਆ। ਅੱਛਾ, ਰੇਟ ਘੱਟ ਲਾਣਾ ਜੀ, ਮੈਂ ਕਿਹਾ ਚੱਲ ਫਿਰ ਇੱਕ ਵਾਰੀ ਕਸਰ ਪੂਰੀ ਕਰ ਲਈ। ਸਹੀ ਸਹੀ ਸਹੀ। ਕਿੰਨੇ ਟੁਕੜੇ ਚਾਹੀਦੇ ਨੇ? 20 ਕਿਲੋ ਦਾ ਯਾਰ ਅਬਦੁੱਲਾ, 20 ਕਿਲੋ ਟੁਕੜੇ ਤੇ ਪਾਈ ਬਾਈ ਵਾਸਤੇ। ਤੂੰ ਚਾਹ ਪੀਣੀ, ਬੋਤਲ ਪੀਣੀ, ਚਾਹ ਮੰਗਵਾ, ਚਾਹ ਮੰਗਵਾ। ਚਾਹ ਯਾਰ ਦੋ ਚਾਹ ਦੇ ਲੈ ਕੇ ਆਈ ਬਾਈ, ਚਾਹ ਨਹੀਂ ਆਈ ਤੇਰੀ। ਯਾਰ ਯਾਰ ਲੈ ਯਾਰ ਚਾਹ ਜਲਦੀ ਕਰ ਯਾਰ, ਜਨਾਬ ਆ ਗਈ, ਆ ਗਈ ਚਾਹ, ਆ ਗਈ ਯਾਰ, ਦੋ ਚਾਹਾਂ ਆ ਗਈ। ਚਲੋ ਲਓ ਸਰ ਚਾਹ ਲਓ, ਟੁਕੜੇ ਦੇਖ ਯਾਰ ਕੀ ਬਣਿਆ ਯਾਰ ਛੇਤੀ ਕਰ। ਆਹੋ ਮੈਂ ਚਾਹ ਪੀ, ਮੈਂ ਟੁਕੜਿਆਂ ਦਾ ਪੀ ਆਵਾਂ। ਯਾਰ ਮੇਰੀ ਗੱਲ ਸੁਣ, ਇਹ ਜਿਹੜਾ ਬੰਦਾ ਆਇਆ ਨਾ ਟੁਕੜੇ ਲੈਣ, ਹਾਂਜੀ, ਇਹ ਉਦਣ ਅਸਲ ਲੋਹਾ ਲੈ ਕੇ ਆਇਆ ਸੀ ਨਾ, ਹਾਂਜੀ, ਉਹਦੇ ਵਿੱਚੋਂ ਇੱਟਾਂ ਨਿਕਲੀਆਂ, ਹਾਂਜੀ ਸਰ, ਉਹ ਇਸ ਬੰਦੇ ਦਾ ਕੰਮ ਸੀ, ਇਹਨੇ ਗਰੀਬ ਨਾਲ ਕੀਤੀ ਜ਼ਿਆਦੀ, ਤੂੰ ਇਵੇਂ ਕਰ ਪਿੱਛੇ ਜਾ, ਉਹੀ ਦੋ ਇੱਟਾਂ ਚੁੱਕ ਕੇ ਇਹਦੇ ਬੋਰੇ 'ਚ ਪਾ। ਉਹ ਤਾਂ ਦੋਸਤ ਹੱਸਦਾ ਜੀ ਤੁਹਾਡਾ, ਦੋਸਤ ਆ ਮੈਨੂੰ ਪਤਾ, ਲੇਕਿਨ ਉਹ ਗਲਤ ਰਸਤੇ 'ਤੇ ਜਾ ਰਿਹਾ, ਗਰੀਬ ਨਾਲ ਜ਼ਿਆਦੀ ਕਰ ਰਿਹਾ, ਉਹਨੂੰ ਸਬਕ ਮਿਲਣਾ ਚਾਹੀਦਾ। ਠੀਕ ਆ ਸਰ ਜੀ, ਮੈਂ ਪਾ ਦਿੰਦਾ, ਤੂੰ ਦੋ ਇੱਟਾਂ ਪਾ ਦੇ। ਸਰ ਜੀ ਰੋਟੀਆਂ ਪਾਤੀਆਂ ਜੀ, ਠੀਕ ਹੋ ਗਿਆ, ਪੂਰੀਆਂ ਰੋਟੀਆਂ, ਚੱਲ ਠੀਕ ਆ, ਉਹ ਪੈਸੇ ਤੈਨੂੰ ਫਿਰ ਮੈਂ ਸਮਝ ਲਿਆ ਦੇਵਾਂਗਾ, ਟਾਈਮ ਨਾ ਕਰ ਦੀ, ਕਿਉਂਕਿ ਤੈਨੂੰ ਪਤਾ ਹਾਲਾਤ ਅੱਗੇ ਹੋ ਜੇ ਨੇ, ਮਿਲ ਜਾਣਗੇ ਪੈਸੇ। ਮਾਲ ਛਾਂਡੀ ਕਰੋ ਯਾਰ, ਜਲਦੀ ਕਰੋ, ਅਸਰ ਹੋ ਗਈ ਹੈ, ਦੁਕਾਨ ਬੰਦ ਕਰਨੀ ਜਲਦੀ ਕਰੋ। ਸਲਾਮ ਅਲੈਕੁਮ ਸ਼ਰਤ। ਵਾਲੇਕੁਮ ਸਲਾਮ, ਹਾਂ ਲੈ ਆਇਆ ਪੈਸੇ। ਹਾਂ ਕਿੰਨੇ ਪੈਸੇ ਟੁਕੜਿਆਂ ਦੇ? 20 ਕਿਲੋ ਵੀ, ਹਾਂ 20 ਰੁਪਏ 84, 1700 ਰੁਪਇਆ ਹੋ ਗਿਆ ਵੀਰੇ ਆਪਣਾ। ਅਤੇ ਇੱਟਾਂ ਦੇ ਕਿਹੜੇ ਆ? ਇੱਟਾਂ ਪਾ ਕੇ ਦੇ ਦਿੱਤੀਆਂ ਤੂੰ ਮੈਨੂੰ, ਕਿਹੜੀਆਂ ਇੱਟਾਂ ਵੀਰੇ? ਹਾਂ ਇਹ ਤੈਨੂੰ ਪਤਾ ਹੀ ਨਹੀਂ ਇੱਟਾਂ ਕਿਹੜੀਆਂ, ਦੋ ਇੱਟਾਂ ਵਿੱਚ ਗਈਆਂ। ਮੈਂ ਨਹੀਂ ਕੋਈ ਇੱਟਾਂ ਪਾਈਆਂ ਸਰ। ਯਾਰ ਤੈਨੂੰ ਮੈਂ ਦੱਸ ਕੇ ਗਿਆ ਨਾ ਯਾਰ, ਮੈਂ ਇੱਦਾਂ ਇੱਦਾਂ ਆ ਜਾਈ ਤੂੰ ਮੈਨੂੰ ਇੱਟਾਂ ਪਾ ਕੇ ਦੇ ਦਿੱਤੀਆਂ, ਇਹ ਤੇਰਾ ਕਿਹੜਾ? ਯਾਰ ਮੈਂ 20 ਕਿਲੋ ਟੁਕੜੇ ਤਲਾਏ ਮੁੰਡੇ ਨੇ ਪਾ ਕੇ, ਤੁਹਾਨੂੰ ਟੁਕੜੇ ਦਿੱਤੇ, ਤੁਸੀਂ ਇੱਥੇ ਤਸੱਲੀ ਕਰਕੇ ਜਾਣੀ ਸੀ ਆਪਣੀ, ਮੇਰੀ ਯਾਰ ਤਸੱਲੀ, ਇਤਬਾਰ ਦਾ ਮਤਲਬ ਇਹ ਹੁੰਦਾ ਵੀ ਭੈਣ ਇੱਟਾਂ ਪਾ ਕੇ ਦੇ ਦਿਓ ਤੁਸੀਂ। ਇੱਟਾਂ ਵਾਲੀ ਗੱਲ ਤੋਂ ਯਾਦ ਆਇਆ, ਤੂੰ ਉਸ ਗਰੀਬ ਬੰਦੇ ਨੂੰ ਲੋਹੇ ਦੇ ਵਿੱਚ ਇੱਟਾਂ ਤਲਾਈਆਂ, ਜ਼ਿਆਦਤੀ ਕੀਤੀ ਉਸ ਬੰਦੇ ਨਾਲ, ਠੀਕ ਆ, ਮੈਂ ਤੈਨੂੰ ਉਸ ਚੀਜ਼ ਦਾ ਸਬਕ ਸਿਖਾਉਣ ਵਾਸਤੇ ਤੇਰੀਆਂ ਮੈਂ ਰੋਟੀਆਂ ਦੇ ਵਿੱਚ ਇੱਟਾਂ ਪਾਈਆਂ ਸੀ, ਤਾਂ ਕਿ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ। ਉਹ ਗਰੀਬ ਬੰਦਾ ਇੱਥੇ ਮੇਰੇ ਕੋਲ ਆਇਆ, ਇੱਥੇ ਮੇਰੇ ਕੋਲ ਰੋਂਦਾ ਸੀ, ਮੈਂ ਫਿਰ ਖੁਦ ਕਹਿ ਕੇ ਮੁੰਡੇ ਨੂੰ ਵਿੱਚ ਇੱਟਾਂ ਪਵਾਈਆਂ, ਤਾਂ ਕਿ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ। ਹੁਣ ਮੈਂ ਇੱਟਾਂ ਦੇ ਪੈਸੇ ਕੱਢ ਰਿਹਾ, ਠੀਕ ਆ, ਜਿਹੜੇ ਸ਼ਾਮ ਨੂੰ ਫਿਰ ਉਹ ਆਏਗਾ ਗਰੀਬ, ਉਹਨੂੰ ਮੈਂ ਵਾਪਸ ਦੇ ਜਾਵਾਂਗਾ। ਤੈਨੂੰ ਹੋਇਆ ਆਪਣੀ ਗਲਤੀ ਦਾ ਅਹਿਸਾਸ, ਦੁਬਾਰਾ ਤਾਂ ਨਹੀਂ ਐਵੇਂ ਕਰੇਗਾ ਕਿਸੇ ਨੂੰ। ਹੈਲੋ ਗਾਇਸ, ਔਰ ਅਗਰ ਵੀਡੀਓ ਪਸੰਦ ਆ ਰਹੀ ਹੈ ਲਾਈਕ ਕਰਨਾ, ਔਰ ਚੈਨਲ ਕੋ ਸਬਸਕ੍ਰਾਈਬ ਕਰਨਾ ਹੈ, ਔਰ ਇੱਕ ਸਵੀਟ ਸਾ ਕਮੈਂਟ ਕਰ ਦੇਣਾ ਹੈ, ਔਰ ਵੀਡੀਓ ਸ਼ੇਅਰ ਵੀ ਕਰਨੀ ਹੈ ਜ਼ਿਆਦਾ ਸੇ ਜ਼ਿਆਦਾ। ਓਕੇ, ਅੱਲਾ ਹਾਫਿਜ਼। ਓਕੇ।